ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਨਾ ਤੁਹਾਡਾ ਦਿਲ ਖੁਸ਼ ਹੋ ਜਾਣਾ ਅਤੇ ਇਹ ਵੀਡੀਓ ਨਾ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਕੀਤੀ ਜਾ ਰਹੀ ਹੈ। ਦੋਸਤੋ, 28 ਸਾਲ ਪਹਿਲਾਂ ਦੋ ਭਰਾਵਾਂ ਦੇ ਵਿਚਕਾਰ ਲੜਾਈ ਹੁੰਦੀ ਹੈ, ਜਿਸ ਤੋਂ ਬਾਅਦ ਨਾ ਘਰ ਦੇ ਵਿਚਕਾਰ ਕੰਧ ਕੱਢ ਦਿੱਤੀ ਜਾਂਦੀ ਹੈ, ਪਰ ਉਹ ਮਤਭੇਦ ਉਹਨਾਂ ਦੇ ਵਿੱਚ 28 ਸਾਲ ਨਹੀਂ ਜਾਂਦਾ ਅਤੇ 28 ਸਾਲਾਂ ਤੋਂ ਬਾਅਦ ਉਹਨਾਂ ਦਾ ਪਰਿਵਾਰ ਫਿਰ ਤੋਂ ਇੱਕ ਹੁੰਦਾ ਅਤੇ ਆਹ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ 28 ਸਾਲ ਬਾਅਦ ਘਰ ਦੇ ਵਿਚਕਾਰ ਕੱਢੀ ਹੋਈ ਕੰਧ ਨੂੰ ਬਜ਼ੁਰਗ ਬਾਪੂ ਆਪਣੇ ਹੱਥਾਂ ਦੇ ਨਾਲ ਤੋੜਦਾ ਅਤੇ ਨਾਲ ਤੁਸੀਂ ਇੱਕ ਬੱਚਾ ਵੀ ਵੇਖ ਸਕਦੇ ਹੋ। ਬਜ਼ੁਰਗ ਦਾ ਕਹਿਣਾ ਕਿ ਮੈਂ ਆਪਣੇ ਬੱਚੇ ਨੂੰ ਇਹ ਸਿਖਾਇਆ ਕਿ ਭਰਾਵਾਂ ਦੇ ਨਾਲ ਜ਼ਿਆਦਾਤਰ ਕਦੇ ਵੀ ਗੁੱਸੇ ਨਹੀਂ ਰਹਿਣਾ ਚਾਹੀਦਾ, ਕਿਉਂਕਿ ਭਰਾ ਬਹੁਤ ਵੱਡੇ ਸਹਾਰੇ ਹੁੰਦੇ ਨੇ ਅਤੇ ਸਹਾਰਿਆਂ ਦੇ ਨਾਲ ਕਦੇ ਨਹੀਂ ਲੜਨਾ ਚਾਹੀਦਾ। ਦੋਸਤੋ, ਇਸ ਵੀਡੀਓ ਨੇ ਨਾ ਸੱਚੀ ਦਿਲ ਖੁਸ਼ ਕਰਕੇ ਰੱਖ ਦਿੱਤਾ ਅਤੇ ਇਹ ਵੀਡੀਓ ਸਾਡੇ ਸਮਾਜ ਵਾਸਤੇ ਇੱਕ ਸੇਧ ਵੀ ਹੈ। ਆਪਣੇ ਭੈਣ ਭਰਾਵਾਂ ਦੇ ਨਾਲ ਕਦੇ ਨਾ ਵਿਗਾੜੋ, ਕਿਉਂਕਿ ਭੈਣ ਭਰਾ ਹੀ ਤੁਹਾਡੇ ਆਪਦੇ ਹੁੰਦੇ ਨੇ। ਇਸ ਜੱਗ ਵਿੱਚ ਹੋਰ ਤੁਹਾਡਾ ਕੋਈ ਆਪਣਾ ਨਹੀਂ। ਭੈਣ ਭਰਾ ਦੇ ਨਾਲ ਜਦੋਂ ਕੋਈ ਤੁਹਾਡੀ ਲੜਾਈ ਹੋਵੇ ਤਾਂ ਬਾਹਲਾ ਟਾਈਮ ਲੜਾਈ ਨਾ ਰੱਖਿਆ ਕਰੋ, ਕਿਉਂਕਿ ਭੈਣ ਭਰਾਵਾਂ ਬਿਨਾਂ ਕਦੇ ਨਹੀਂ ਸਰਦਾ ਹੁੰਦਾ। ਸੋ ਦੋਸਤੋ, ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਇਸ ਬਜ਼ੁਰਗ ਦੇ ਲਈ ਦੋ ਬੋਲ ਜ਼ਰੂਰ ਲਿਖ ਕੇ ਜਾਇਓ ਕਮੈਂਟ ਬਾਕਸ ਦੇ ਵਿੱਚ। ਸੋ ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ 'ਤੇ। ਉਦੋਂ ਤੱਕ ਰੱਬ ਰਾਖਾ।